एक बार फिर थोड़ा सारा जी आया जी प्रोग्राम साढ़े पिंड रब वसदा दे विच आपां आ गए भाई पिंड रटौल ते जिला पिंड तरन तारण उस घरे आए आप जिन्हां ने आपां नूं सद्दा दित्ता सी इस पिंड विच आउण खातर बाई हुणां दा नाम है जसविंदर सिंह उन्हां नूं मिलदे आ की हाल है बाई जी सति श्री अकाल संधु साहब वेलकम सर धन्यवाद जी बहुत ਹੋ ਸੁਣਾ ਜੀ ਸੁੰਦਰ ਬਾਈ ਜੀ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਪਿੰਡ ਕਿਦਾਂ ਤੁਹਾਡਾ ਪਿੰਡ ਬਹੁਤ ਵਧੀਆ ਜੀ ਆਇਆ ਪਰ ਤੁਸੀਂ ਦੱਸ ਦਿਓ ਬਹੁਤ ਵਧੀਆ ਤੁਹਾਨੂੰ ਕਿਦਾਂ ਲੱਗਾ ਤੁਸੀਂ ਦੱਸੋ ਮੈਨੂੰ ਵਧੀਆ ਲੱਗਾ ਜੀ ਸਾਡਾ ਪਹਿਲਾਂ ਤੋਂ ਆਉਣ ਦਾ ਬੜਾ ਮੂਡ ਸੀ ਵੀ ਰਤੌਲ ਸਾਹਿਬ ਜਾਈਏ ਬਿਕੋਜ਼ ਕਾਫੀ ਫੇਮਸ ਪਿੰਡ ਆ ਤੇ ਤੁਸੀਂ ਸੱਦਾ ਦਿੱਤਾ ਤੇ ਅਸੀਂ ਆ ਗਏ ਆ ਤੁਸੀਂ ਕਿਦਾਂ ਬਣਾਇਆ ਇਹ ਮਨ ਚ ਵੀ ਇਹਨਾਂ ਨੂੰ ਸੱਦੀਏ ਬੜਾ ਵੇਖੋ ਤੁਹਾਡਾ ਕਾਫੀ ਪ੍ਰੋਗਰਾਮ ਦੇਖੀ ਦੇ ਆ ਟੀਵੀ ਤੇ ਪਿੰਡਾਂ ਬਾਰੇ ਬਹੁਤ ਸਾਡਾ ਵੀ ਮਨ ਕੀਤਾ ਕਿ ਆਪਣੇ ਪਿੰਡ ਨੂੰ ਸ਼ੂਟ ਕਰਾਈਏ ਤੇ ਤੁਸੀਂ ਫਿਰ ਉਧਰੀ ਰਹਿੰਦੇ ਹੋ ਪਿੰਡ ਚ ਕਿ ਵੀ ਤੁਸੀਂ ਵਾਸੇ ਪਾਸੇ ਨਹੀਂ ਅਸੀਂ ਤਾਂ ਅੰਮ੍ਰਿਤਸਰ ਸਿਟੀ ਰਹਿੰਦੇ ਜੀ ਗੁਰਨਾਨਕ ਦੇ ਯੂਨੀਵਰਸਿਟੀ ਮੇਰੀ ਜੌਬ ਆ ਅੱਛਾ ਜੀ ਉਹ ਪਰ ਸਾਡਾ ਆਤਮਾ ਪਿੰਡ ਜੀ ਅਜੇ ਤੱਕ ਵੀ ਅੱਛਾ ਜੀ ਤੇ ਤੁਸੀਂ ਤੁਹਾਡਾ ਪਛੋਕੜ ਕਿੱਦਾਂ ਦਾ ਜੁੜਿਆ ਹੋਇਆ ਹੈ ਪਿੰਡ ਦੇ ਨਾਲ ਆਪਣੇ ਕੋਲ ਮੈਂ ਮੇਰੀ ਪਦਾਇਸ਼ ਹੀ ਇੱਥੋਂ ਰਟੌਲ ਪਿੰਡ ਦੀ ਹੈ ਜੀ ਅੱਛਾ ਜੀ ਹਾਂਜੀ ਤੇ ਤੁਸੀਂ ਆਪਦੀ ਸਕੂਲ ਸਕਲ ਵੀ ਸਾਰਾ ਇੱਥੋਂ ਸਕੂਲਿੰਗ ਮੇਰੀ ਇੱਥੋਂ ਦੀ ਹੈ ਜੀ ਟਰੋਲਾਂ ਦੀ ਇੱਥੋਂ ਦੀ ਕੀਤੀ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਤੁਸੀਂ ਕਰਦੇ ਕਰ ਬਾਅਦ ਫਿਰ ਹਾਇਰ ਸਟੱਡੀ ਵਾਸਤੇ ਬਾਹਰ ਅੰਮ੍ਰਿਤਸਰ ਜਾਣਾ ਪਿਆ ਬਾਜੀ ਤੁਸੀਂ ਹੁਣ ਰਹਿੰਦੇ ਹੋ ਸ਼ਹਿਰ ਠੀਕ ਹੈ ਤੇ ਪਹਿਲਾਂ ਤੁਸੀਂ ਪਿੰਡੋਂ ਹੀ ਗਏ ਹੈਗੇ ਹੋ ਤੁਸੀਂ ਮੈਨੂੰ ਦੱਸੋ ਬਿਲਕੁਲ ਸਹੀ ਸਹੀ ਗੱਲ ਦੱਸੋ ਵੀ ਪਿੰਡ ਦੇ ਰਹਿਣ ਦਾ ਤੇ ਸ਼ਹਿਰ ਦੇ ਰਹਿਣ ਦਾ ਕੀ ਫਰਕ ਹੈਗਾ ਬਹੁਤ ਜ਼ਿਆਦਾ ਫਰਕ ਹੈ ਜੀ ਸ਼ਹਿਰ ਚ ਕਿਤੇ ਮੱਖੀਆਂ ਨਹੀਂ ਗਿਆ ਇੱਥੇ ਮੱਖੀਆਂ ਬਹੁਤ ਇਹ ਨਹੀਂ ਹੈਗੀਆਂ ਉੱਥੇ ਵੀ ਮੱਖੀਆਂ ਇਦਾਂ ਦੀ ਗੱਲ ਥੋੜੀ ਹੈ ਉੱਥੇ ਸਰ ਜਾਲੀਆਂ ਵਾਲੇ ਦਰਵਾਜ਼ੇ ਦਰੂਜੇ ਲੱਗੇ ਹੁੰਦੇ ਆ ਠੀਕ ਹੈ ਬਾਕੀ ਇਹ ਜ਼ਮੀਨ ਅਸਮਾਨ ਦਾ ਫਰਕ ਹੈ ਜੀ ਐਜੂਕੇਸ਼ਨ ਨੂੰ ਸ਼ਹਿਰ ਵਧੀਆ ਵਾ ਉੱਥੇ ਖਾਣ ਪੀਣ ਨੂੰ ਮਿਲ ਜਾਂਦਾ ਵਧੀਆ ਬਾਹਰ ਬਾਜ਼ਾਰੀ ਚੀਜ਼ਾਂ ਜਿਹੜੀਆਂ ਆਪਾਂ ਅੱਜ ਕੱਲ੍ਹ ਫਾਸਟ ਫੂਡ ਖਾਂਦੇ ਹਾਂ ਇੱਥੇ ਜੇ ਰਹਿਣ ਵੀ ਲੱਗ ਪਏ ਤੇ ਘਰਦਿਆਂ ਕਹਿਣਾ ਜੀ ਲੈ ਕੇ ਚਲੋ ਸ਼ਹਿਰ ਸਾਨੂੰ ਅੱਛਾ ਇਹ ਕਰਕੇ ਸ਼ਹਿਰ ਠੀਕ ਆ ਨਹੀਂ ਤੇ ਪਰ ਫਿਰ ਪਿੰਡ ਦੇ ਰਹਿਣ ਦਾ ਕੀ ਫਿਰ ਲੌਜੀਕ ਹੈਗਾ ਪਿੰਡ ਦੇ ਵਿੱਚ ਕੀ ਵਧੀਆ ਪਿੰਡ ਦੀ ਲਾਈਫ ਬੜੀ ਵਧੀਆ ਜੀ ਵੈਸੇ ਤੇ ਸੱਚੀ ਸੱਚੀ ਲਾਈਫ ਆ ਕੋਈ ਲਿਮਟਿਡ ਜੀਆਂ ਚੀਜ਼ਾਂ ਨੇ ਇੱਥੇ ਪਿੰਡ 'ਚ ਇੱਕ ਪ੍ਰੋਬਲਮ ਹੈ ਫੈਸਿਲਿਟੀਜ਼ ਬਹੁਤ ਘੱਟ ਨੇ ਪਿੰਡਾਂ ਦੇ ਵਿੱਚ ਅੱਜ ਇੱਕ ਤਾਂ ਬਿਜਲੀ ਦੀ ਪਾਣੀ ਦੀ ਹਰ ਚੀਜ਼ ਦੀ ਠੀਕ ਹੈ ਇੱਥੇ ਪ੍ਰੋਬਲਮ ਰਹਿੰਦੀ ਹੈ ਜੀ ਐਜੂਕੇਸ਼ਨ ਸਭ ਤੋਂ ਵੱਡਾ ਮਸਲਾ ਹਾਂ ਰੋਜ਼ਗਾਰ ਸਭ ਤੋਂ ਵੱਡਾ ਮਸਲਾ ਹੈ ਜਿਹੜਾ ਕਰਕੇ ਆਪਾਂ ਨੂੰ ਸ਼ਹਿਰ ਜਾਣਾ ਪੈਂਦਾ ਬਾਈ ਜੀ ਤੁਹਾਨੂੰ ਜੇ ਹੁਣ ਮੈਂ ਆਖਾਂ ਤੇ ਪਿੰਡ ਤੁਹਾਨੂੰ ਸਾਰਾ ਕੁਝ ਦੇ ਦਿੰਦੇ ਆ ਮਤਲਬ ਬਿਜਲੀ ਬੁਜਲੀ ਨਹੀਂ ਉਹ ਜਿੱਦਾਂ ਹੈ ਉਦਾਂ ਹੀ ਆ ਤੂੰ ਤੁਹਾਨੂੰ ਇੱਥੇ ਰਹਿਣ ਨੂੰ ਵਧੀਆ ਸਾਰਾ ਕੁਝ ਹੈਗਾ ਆ ਜਾਓ ਸ਼ਹਿਰੋਂ ਪਿੰਡ ਆ ਕੇ ਰਹਿਣ ਲੱਗ ਜਾਓ ਆ ਜਾਓਗੇ ਨਹੀਂ ਮੁਸ਼ਕਲ ਹੈ ਜੀ ਆ ਸਕਦੇ ਹੁਣ ਬਿਲਕੁਲ ਸ਼ਹਿਰੀ ਹੋ ਗਏ ਸਹੀ ਜਿਹੜੀ ਗੱਲ ਮੈਂ ਪਿੰਡ ਵੀ ਆਉਣ ਜਾਣ ਲੱਗਾ ਰਹਿੰਦਾ ਤੁਹਾਡਾ ਕਰਕੇ ਪਿੰਡ ਆਇਆ ਮੈਂ 2.5-3 ਸਾਲ ਬਾਅਦ ਪਿੰਡ ਆਇਆ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਇਹ ਤਾਂ ਫਿਰ ਸਾਡਾ ਧੰਨਵਾਦ ਹੋਇਆ ਪਿੰਡ ਨਾਲ ਜੋੜਿਆ ਦਵਾਰ ਤੋਂ ਬਿਲਕੁਲ ਜੀ ਬਿਲਕੁਲ ਤੁਹਾਡਾ ਹੀ ਥੈਂਕਸ ਹੈ ਜੀ ਠੀਕ ਹੈ ਜੀ ਹੋਰ ਸਰ ਲੰਚ ਟਾਈਮ ਹੋ ਗਿਆ ਮੇਰਾ ਅਰਦਾ ਦੋ ਦੋ ਫੁਲਕੇ ਛਕੀ ਆਪਾਂ ਆ ਬਿਲਕੁਲ ਮੈਨੂੰ ਆਗ ਖੁਦ ਭੁੱਖ ਲੱਗੀ ਹੈ ਹਾਂ ਠੀਕ ਹੈ ਬਿਲਕੁਲ ਠੀਕ ਹੈ ਦੋਸਤੋ ਸਾਨੂੰ ਤਾਂ ਲੱਗਦਾ ਸੀ ਅਸੀਂ ਤੁਹਾਨੂੰ ਪਿੰਡਾਂ ਨਾਲ ਜੋੜ ਰਹੇ ਹਾਂ ਪਰ ਸਾਨੂੰ ਤਾਂ ਪਤਾ ਲੱਗਿਆ ਸੀ ਪਿੰਡ ਵਾਲੇ ਵੀ ਪਿੰਡਾਂ ਨਾਲ ਜੋੜ ਰਹੇ ਹਾਂ ਬਾਕੀ ਬਾਈ ਤੁਸੀਂ ਪਿੰਡ ਨਾਲ ਜੁੜੇ ਰਹੋ ਆਪਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ।